ਪਰਸੋਂ ਅਸੀਂ ਤੁਹਾਨੂੰ ਦਿਖਾਇਆ ਸੀ ਕਿ ਸੁਪਰ ਸਿੰਘ ਨੇ ਕਿਵੇਂ ਮੌਂਟਰੀਅਲ 'ਚ ਇੱਕ ਵੱਡਾ ਹਾਸਾ ਹੋਣ ਤੋਂ ਰੋਕਿਆ ਤੇ ਹੁਣ ਖਬਰ ਮਿਲ ਰਹੀ ਹੈ ਕਿ ਸੁਪਰ ਸਿੰਘ ਨੇ ਇੱਕ ਸੜਦੀ ਹੋਈ ਬਿਲਡਿੰਗ 'ਚੋਂ 17 ਲੋਕਾਂ ਦੀ ਜਾਨ ਬਚਾਈ। ਬਚਾਓ ਉਹ ਸੁਪਰ ਸਿੰਘ, ਮੈਨੂੰ ਬਚਾ ਲੈ, ਸੁਪਰ ਸਿੰਘ ਮੈਨੂੰ ਬਚਾ। ਪਰ ਸੁਪਰ ਸਿੰਘ ਕੌਣ ਹੈ ਇਸ ਗੱਲ ਦੀ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋ ਸਕੀ। ਹਾਂਜੀ ਦੋਸਤੋ, ਮੈਂ ਤਾਂ ਸੁਪਰ ਸਿੰਘ ਨਹੀਂ ਹਾਂ, ਪਰ ਦਲਜੀਤ ਦੋਸਾਂਝ ਜ਼ਰੂਰ ਆ ਰਿਹਾ 16 ਜੂਨ ਨੂੰ ਸੁਪਰ ਸਿੰਘ ਬਣ ਕੇ, ਤੇ ਵੇਖਣਾ ਨਾ ਭੁੱਲਿਓ ਆਪਣੇ ਸਿਨੇਮਾ ਘਰਾਂ ਦੇ ਵਿੱਚ 16 ਜੂਨ। ਬਿਲਕੁਲ ਬਿਲਕੁਲ ਬਿਲਕੁਲ, ਉਹ ਮੈਂ ਵੀ ਤਾਂ ਉਹੀ ਦਲਜੀਤ ਦੋਸਾਂਝ ਦੀ ਗੱਲ ਕਰ ਰਿਹਾ। ਆਹ ਪਤਾ ਨਹੀਂ ਕੌਣ ਆ ਗਿਆ ਸੁਪਰ ਸਿੰਘ ਬਣ ਕੇ। ਓਏ ਦੋਸਤੋ, ਵੇਖਣਾ ਬੋਲਾ 16 ਜੂਨ ਦਲਜੀਤ ਦੋਸਾਂਝ ਸੁਪਰ ਸਿੰਘ।